ਹੁਸ਼ਿਆਰਪੁਰ ਦੇ ਡੀਏਵੀ ਕਾਲਜ ਦੀ ਮਹਿਲਾ ਪ੍ਰੋਫੈਸਰ ਤੇ ਵਿਦਿਆਰਥੀ ਭੜਕੇ ਨੇ। ਦਰਅਸਲ ਸੋਸ਼ਲ ਮੀਡੀਆ ਤੇ ਪ੍ਰੋਫੈਸਰ ਵੱਲੋਂ ਕਿਸਾਨਾਂ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਇਸ ਨੂੰ ਦੱਸਿਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਪ੍ਰੋਫੈਸਰ ਖਿਲਾਫ ਕਾਲਜ ਕੈਂਪਸ ਵਿੱਚ ਮੁਜ਼ਾਹਰਾ ਕੀਤਾ। ਕਾਲਜ ਪ੍ਰਬੰਧਕਾਂ ਨੂੰ ਪ੍ਰੋਫੈਸਰ ਖਿਲਾਫ ਮੰਗ ਪੱਤਰ ਵੀ ਸੌਂਪਿਆ, ਅਸਤੀਫੇ ਦੀ ਵੀ ਮੰਗ ਕੀਤੀ। ਉੱਥੇ ਨਾਰਾਜ਼ ਵਿਦਿਆਰਥੀਆਂ ਤੋਂ ਮਹਿਲਾ ਪ੍ਰੋਫੈਸਰ ਨੇ ਮਾਫੀ ਵੀ ਮੰਗੀ ਹੈ। ਹਾਲਾਂਕਿ ਕਾਲਜ ਪ੍ਰਬੰਧਕਾਂ ਨੇ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰੋਫੈਸਰ ਦੀ ਕਾਲਜ ਤੋਂ ਛੁੱਟੀ ਕਰ ਦਿੱਤੀ ਹੈ। ਤਾਂ ਜਿਸ ਤਰ੍ਹਾਂ ਦੇ ਨਾਲ ਹੁਣ ਲਗਾਤਾਰ ਕਿਸਾਨੀ ਸੰਘਰਸ਼ ਜਾਰੀ ਹੈ, ਇਸ ਵਿਚਕਾਰ ਹੁਸ਼ਿਆਰਪੁਰ ਦੇ ਡੀਏਵੀ ਕਾਲਜ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਮਹਿਲਾ ਪ੍ਰੋਫੈਸਰ ਤੇ ਵਿਦਿਆਰਥੀ ਭੜਕੇ ਨੇ। ਦਰਅਸਲ ਮਹਿਲਾ ਪ੍ਰੋਫੈਸਰ ਵੱਲੋਂ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਪ੍ਰਤੀ ਇਤਰਾਜ਼ਯੋਗ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਗੁੱਸਾਏ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਅਸਤੀਫੇ ਦੀ ਮੰਗ ਕੀਤੀ ਗਈ ਮਹਿਲਾ ਪ੍ਰੋਫੈਸਰ ਤੇ, ਜਿਸ ਤੋਂ ਬਾਅਦ ਹਾਲਾਂਕਿ ਮਹਿਲਾ ਪ੍ਰੋਫੈਸਰ ਨੇ ਮਾਫੀ ਵੀ ਵਿਦਿਆਰਥੀਆਂ ਤੋਂ ਮੰਗੀ ਹੈ ਪਰ ਕਾਲਜ ਵੱਲੋਂ ਉਸਨੂੰ ਛੁੱਟੀ ਕਰ ਦਿੱਤੀ ਗਈ ਹੈ। ਉਸਦੀ ਨਹੀਂ ਕਹਿੰਦੇ ਨੂੰ ਜੋਬ ਤੋਂ ਕੱਢੋ, ਜੋਬ ਤੋਂ ਨਹੀਂ ਕਹਿੰਦੇ, ਗੱਲ ਇਹ ਕਹਿ ਰਹੇ ਆ ਥੋੜੇ ਦਿਨ ਥੋੜੇ ਜਿਹਨਾਂ ਨੂੰ ਮਾਫੀ ਮੰਗਵਾਓ ਨਾ ਕਰੇ ਬੰਦ ਕਰਕੇ ਜਿੱਥੇ ਜੀ ਅਸੀਂ ਅੱਜ ਰਿਲੀਵ ਕਰ ਦੇਣਾ ਉਸ ਟੀਚਰ ਨੂੰ, ਉਸ ਤੋਂ ਬਾਅਦ ਨਹੀਂ ਆਊਗਾ। ਇਤਰਾਜ਼ਯੋਗ ਟਿੱਪਣੀ ਮਹਿਲਾ ਪ੍ਰੋਫੈਸਰ ਵੱਲੋਂ ਕੀਤੀ ਗਈ, ਜਿਸ ਤੋਂ ਬਾਅਦ ਗੁੱਸਾਏ ਵਿਦਿਆਰਥੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਉੱਥੇ ਕਾਲਜ ਪ੍ਰਬੰਧਕਾਂ ਵੱਲੋਂ ਮਹਿਲਾ ਦੀ ਕਾਲਜ ਤੋਂ ਛੁੱਟੀ ਕਰ ਦਿੱਤੀ ਗਈ ਹੈ। ਪ੍ਰੋਫੈਸਰ ਸਾਡੇ ਐਗਰੀਕਲਚਰ ਡਿਪਾਰਟਮੈਂਟ ਦੇ ਅੰਬਾਲਿਕਾ ਜਿਮ, ਜੋ ਕਿ ਕਿਸਾਨਾਂ ਨੂੰ ਤਿੰਨ ਚਾਰ ਦਿਨਾਂ ਤੋਂ ਪਿਛਲੇ ਸਮੇਂ ਤੋਂ ਬਹੁਤ ਗਲਤ ਮੰਦਭਾਗੀ ਗੱਲਾਂ ਬੋਲ ਰਹੇ ਸੀਗੇ, ਬਹੁਤ ਟਿੱਪਣੀ ਗਲਤ ਸੀ ਜਿਹੜੀ ਸਾਡੇ ਸਟੂਡੈਂਟਸ ਨੇ ਕੁਛ ਉਹਨਾਂ ਨੂੰ ਕੁਛ ਕਿਹਾ ਕਿ ਇੱਦਾਂ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਕਿ ਤੁਸੀਂ ਇੱਕ ਸ਼ਿਕਸ਼ਕ ਹੋ ਤਾਂ ਤੁਹਾਨੂੰ ਸ਼ਿਕਸ਼ਾ ਕੀ ਮਿਲੂਗੀ ਤੁਹਾਡੇ ਕੋਲ ਦੇਖ ਕੇ ਇਹ ਚੀਜ਼ਾਂ ਦੇਖ ਕੇ, ਅਤੇ ਇਹ ਚੀਜ਼ਾਂ ਸਭ ਕੁਝ ਉਹਨਾਂ ਨੇ ਅਵੋਇਡ ਕਰਦੇ, ਤਾਂ ਵੀ ਉਹਨਾਂ ਨੇ ਆਪਣਾ ਜ਼ਿਆਦਾਤਰ ਦੇਖਿਆ ਜਾਵੇ ਆਰ ਐੱਸ ਐੱਸ ਦੀਆਂ ਜ਼ਿਆਦਾ ਪੱਖ ਪੂਰ ਕੇ ਮੋਦੀ ਅਮਿਤ ਸ਼ਾਹ ਦੇ ਜਿੰਦਾਬਾਦ ਨਾਰੇ ਲਾ ਕੇ ਅਤੇ ਇਹਨਾਂ ਨੂੰ ਆਤੰਕਵਾਦੀ ਦੱਸਿਆ ਕਿਸਾਨਾਂ ਨੂੰ, ਅਤੇ ਉਹ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਮਜ਼ਾਕ ਜਿਹਾ ਉਡਾਇਆ ਸੋਸ਼ਲ ਮੀਡੀਆ 'ਤੇ, ਬਹੁਤ ਵੱਡਾ ਇੱਕ ਇੱਥੇ ਇਕੱਠ ਕੀਤਾ ਗਿਆ ਵਾ ਇਹਨਾਂ ਦੇ ਵਿਰੋਧ ਵਿੱਚ, ਅਤੇ ਸਾਨੂੰ ਆਸ਼ਵਾਸਨ ਦਿੱਤਾ ਗਿਆ ਡੀਏਵੀ ਵਾਲਿਆਂ ਵੱਲੋਂ ਕਿ ਇਹਨਾਂ ਨੂੰ ਟੀਚਰ ਨੂੰ ਆਪਣਾ ਕੱਢ ਦਿੱਤਾ ਗਿਆ ਕੋਲ ਤੋਂ, ਜੋ ਕਿ ਪਰ ਆਪਾਂ ਇਹਨਾਂ ਨੂੰ ਕਢਾਉਣਾ ਨਹੀਂ ਚਾਹੁੰਦੇ ਸੀ, ਆਪਾਂ ਇਹ ਸਿਰਫ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਉੱਥੇ ਜਾ ਕੇ ਕਿ ਇੱਕ ਟੀਚਰ ਜੋ ਇਹਨਾਂ ਗਲਤ ਬੋਲ ਰਹੇ ਆ ਆਪਣੀ ਵਿਚਾਰਧਾਰਾ ਸਹੀ ਕਰਨ, ਆਪਾਂ ਬਸ ਉਹਨਾਂ ਨੂੰ ਫਿਰ ਕਹਿ ਕੇ ਆਏ ਹਾਂ ਕਿ ਮਾਫੀ ਮੰਗ ਲੈਣ, ਜੋ ਕਿ ਇਹਨਾਂ ਨੇ ਮਾਫੀ ਮੰਗ ਚੁੱਕੇ ਆ।